ਅੱਜ ਕਾਫੀ ਦਿਨਾਂ ਬਾਅਦ ਟ੍ਰੇਨ ਦਾ ਸਫ਼ਰ ਕਰ ਰਹੇ ਹਾਂ। ਟ੍ਰੇਨ ਦਾ ਸਫ਼ਰ ਹੀ ਐਡਵੈਂਚਰ ਟ੍ਰਿਪ ਹੀ ਹੋਇਆ। ਬਾਹਰ ਜੇ ਨਿਕਲ ਕੇ ਦੇਖਦੇ ਉਹ ਬਹੁਤ ਲੋਕ ਬਾਹਰ ਇੱਥੇ ਬੈਠੇ ਹੋਏ ਇੱਦਾਂ। ਇੱਥੇ ਮੈਂ ਕਿਹਾ ਕੋਈ ਚਾਰਜਿੰਗ ਆਊਗਾ ਪੁਆਇੰਟ, ਤੇ ਇੱਥੇ ਹੈ ਹੀ ਨਹੀਂ ਕੋਈ ਚਾਰਜਿੰਗ ਪੁਆਇੰਟ। ਤਾਰਾਂ ਕੱਢ ਕੇ ਬੁਲਾ ਲੈਂਦੇ ਪੱਖੇ ਦੀ ਕੱਢ ਲੈਂਦੇ। ਮੈਂ ਕਿਹਾ ਜਲੰਧਰ ਤੋਂ ਇੱਥੇ ਤੱਕ 15 ਰੁਪਏ ਲੱਗੇ, ਇੱਥੋਂ ਦੀ ਗੁਰਦੁਆਰੇ ਦਾ 20 ਰੁਪਏ, ਇੱਥੇ 20 ਰੁਪਏ ਦਸ ਰੁਪਏ ਦਾ। ਕਿੰਨੇ ਵੇਚਦੇ ਸਵੇਰ ਦੇ, ਕਿੰਨੇ ਵੇਚਦੇ? ਸਤਿ ਸ਼੍ਰੀ ਅਕਾਲ ਜੀ, ਕੀ ਹਾਲ ਚਾਲ ਜੀ। ਅੱਜ ਅਸੀਂ ਚੱਲੇ ਹਾਂ ਸੁਲਤਾਨਪੁਰ ਲੋਧੀ ਬਾਏ ਟ੍ਰੇਨ। ਅਸੀਂ ਜਲੰਧਰ ਸਿਟੀ ਸਟੇਸ਼ਨ 'ਤੇ ਪਹੁੰਚ ਗਏ ਹਾਂ, ਅਤੇ ਇੱਥੋਂ ਬਾਹਰੋਂ ਹੀ ਆਪਾਂ ਟਿਕਟ ਲੈ ਲੈਣੀ ਆ। ਇੱਧਰਲੀ ਸਾਈਡ 'ਤੇ ਹੈਗਾ ਰੇਲਵੇ ਸਟੇਸ਼ਨ, ਉਹ ਸਾਹਮਣੇ ਆ ਸਟੇਸ਼ਨ ਦੀ ਐਂਟਰੀ ਉੱਧਰੋਂ ਆ, ਪਰ ਆਪਾਂ ਬਾਹਰੋਂ ਹੀ ਜਿਹੜੀਆਂ ਟਿਕਟਾਂ ਲੈ ਲੈਣੀਆਂ। ਇੱਥੋਂ ਇੱਕ ਬਾਹਰ ਹੀ ਔਫਿਸ ਬਣਿਆ ਹੋਇਆ ਟਿਕਟ ਦਾ, ਟਿਕਟ ਕੇਂਦਰ, ਉੱਥੋਂ ਪੁੱਛਦੇ ਇੱਕ ਵਾਰੀ ਕਿ ਉੱਥੋਂ ਟਿਕਟ ਮਿਲਦੀ ਆ। ਆਪਾਂ ਵਿਦਆਊਟ ਰਿਜ਼ਰਵੇਸ਼ਨ ਟਿਕਟ ਲੈਣੀ ਆ। ਆਪਾਂ ਜਾਣਾ ਆ ਸੁਲਤਾਨਪੁਰ ਲੋਧੀ, ਅਤੇ ਦੇਖਦੇ ਹਾਂ ਕਿੰਨੇ ਦੀ ਟਿਕਟ ਆ ਜਲੰਧਰ ਤੋਂ ਸੁਲਤਾਨਪੁਰ ਲੋਧੀ। ਪੁੱਛਦੇ ਇੱਥੇ ਮਿਲ ਜੂਗੀ ਟਿਕਟ। ਸਤਿ ਸ਼੍ਰੀ ਅਕਾਲ ਜੀ, ਆਪਾਂ ਨੂੰ ਸੁਲਤਾਨਪੁਰ ਲੋਧੀ ਦੀ ਮਿਲ ਜੂਗੀ ਟਿਕਟ? ਕਿਹੜੀ ਟ੍ਰੇਨ ਸਾਹਮਣੇ ਜਿਹੜੀ ਲੱਗੀ ਹੋਈ ਆ? ਅੱਛਾ, ਅੱਗੇ ਆ। ਕਿੰਨੇ ਦੀ ਆ ਟਿਕਟ? 12 ਰੁਪਏ ਦੀ। ਸੁਲਤਾਨਪੁਰ ਲੋਧੀ ਜਾਣਾ? ਹਾਂਜੀ, ਸੁਲਤਾਨਪੁਰ ਲੋਧੀ 17। ਹੈਲੋ ਜੀ, ਕਿੰਨੇ ਵਜੇ ਦੀ ਟ੍ਰੇਨ? 8:50। ਠੀਕ ਹੈ, ਥੈਂਕ ਯੂ ਜੀ। ਹੈਲੋ ਜੀ, ਆਪਣੀ ਟਿਕਟ ਬਣ ਕੇ ਤਿਆਰ ਹੋਈ ਆ। ਟਿਕਟ ਉੱਦਾਂ ਹੈਗੀ ਆ 15 ਰੁਪਏ ਦੀ, ਪਰ ਇਹ 2 ਰੁਪਏ ਐਕਸਟਰਾ ਲੈਂਦੇ ਆ। ਇੱਧਰੋਂ ਵੀ ਸ਼ੋਰਟਕੱਟ ਹੈਗਾ ਸੀਗਾ ਮੇਰੇ ਖਿਆਲ ਨਾਲ, ਆਪਾਂ ਇੱਧਰੋਂ ਵੀ ਚਲੇ ਜਾਂਦੇ ਹਾਂ, ਇੱਥੋਂ ਦੇ ਅੰਦਰ ਐਂਟਰੀ ਕਰ ਲੈਂਦੇ ਹਾਂ। ਇੱਕ ਪਿੱਛੇ ਵੀ ਹੈਗਾ ਸੀਗਾ ਕ੍ਰੋਸਿੰਗ, ਮੇਰੇ ਖਿਆਲ ਨਾਲ ਉਹ ਖਤਮ ਹੋ ਗਈ ਆ। ਉੱਦਾਂ ਮੇਨ ਐਂਟਰੀ ਜਿਹੜੀ ਉਹ ਅੱਗੇ ਆਉਂਦੀ ਆ, ਪਰ ਆਪਾਂ ਇੱਧਰੋਂ ਹੀ ਚਲੇ ਜਾਣਾ ਵਾ। ਆਹ ਹੈਗੀ, ਆਹ ਟ੍ਰੇਨ ਨਹੀਂ ਹੈਗੀ, ਇਹ ਤਾਂ ਦੂਜੀ ਟ੍ਰੇਨ ਆ। ਆਪਣੀ ਟ੍ਰੇਨ ਆਉਣੀ ਉੱਧਰਲੀ ਸਾਈਡ 'ਤੇ ਅੱਗੇ, ਉੱਧਰ ਚੱਲਦੇ ਆ। ਟਿਕਟ ਹੈਗੀ ਉੱਦਾਂ 15 ਰੁਪਏ ਦੀ, ਜੇ ਆਪਾਂ ਇੱਥੋਂ ਦੀ ਲੈਂਦੇ, ਕੀ ਕਹਿੰਦੇ ਸਟੇਸ਼ਨ ਦੇ ਅੰਦਰੋਂ ਦੀ, ਇੱਥੋਂ ਦੀ ਲੈਂਦੇ ਔਫਿਸ ਤੋਂ, ਫਿਰ 15 ਰੁਪਏ ਦੀ ਮਿਲਣੀ ਆ, 2 ਰੁਪਏ ਐਕਸਟਰਾ ਲੈਂਦੇ ਆ। ਸਹੀ ਆ, ਇੱਥੇ ਲਾਈਨ 'ਚ ਲੱਗਣਾ ਪੈਣਾ ਹੈਗਾ, ਉੱਥੇ ਬਿਨਾਂ ਲਾਈਨ 'ਚ ਲੱਗਿਆ ਸਿੱਧਾ ਹੀ ਮਿਲ ਗਈ ਆ। 8:50 ਦੀ ਟ੍ਰੇਨ ਆ, 8:25 ਹੋਏ ਆ ਹਲੇ, ਇੱਥੇ ਹੋਣੀ ਆ ਬਹਾਨੇ 'ਤੇ। ਹਜੇ ਤੱਕ ਤਾਂ ਆਈ ਨਹੀਂ, ਲੱਗੀ ਨਹੀਂ ਆ ਟ੍ਰੇਨ, ਦੇਖਦੇ ਹਾਂ ਕਦੋਂ ਆਉਂਦੀ ਆ। ਇੱਥੇ ਲੱਗੇਗੀ ਆ ਕੇ, ਆਹ ਬੰਦਾ ਇੱਥੇ ਬੈਠਾ ਹੋਇਆ ਪਟਰੀ 'ਤੇ, ਇੱਥੇ ਹੋਣੀ ਆ ਟ੍ਰੇਨ ਤਾਂ ਸ਼ਾਇਦ। ਫਿਰੋਜ਼ਪੁਰ ਕੈਂਟ ਤੋਂ ਆਊਗੀ ਉਹੀ ਵਾਲੀ ਵਾਪਸ, ਫਿਰ ਜਾਊਗੀ ਫਿਰੋਜ਼ਪੁਰ ਕੈਂਟ ਵਾਪਸ। ਆਈ ਨਹੀਂ ਭਾਈ ਟ੍ਰੇਨ ਹਲੇ, ਸੁਲਤਾਨਪੁਰ ਲੋਧੀ ਜਾਣੀ ਫਿਰੋਜ਼ਪੁਰ ਕੈਂਟ। 8:50 ਦੇ ਆਉਂਦੀ ਨਾ, 8:50 ਦੇ ਆਉਂਦੀ ਆ। ਇੱਥੇ ਖੜੀ ਹੁੰਦੀ ਅੱਗੇ ਪਿੱਛੇ ਜਾਂਦੀ ਆ? ਅੱਛਾ ਅੱਛਾ ਭਾਈ, ਆਪਣੀ ਟ੍ਰੇਨ ਆਉਣ ਡਈ ਆ, ਇੰਨੀ ਜ਼ਿਆਦਾ ਸਲੋ ਆਉਂਦੀ ਪਈ ਨਾ DMU ਫਿਰੋਜ਼ਪੁਰ ਕੈਂਟ ਵਾਲਾ, ਦੇਖੋ ਕਿੰਨੀ ਸਲੋ ਆਉਣ ਡਿਆ, ਹੌਲੀ 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 ਇਹ ਬੜੀ ਪਿੱਛੇ ਇੱਦਾਂ ਆਉਣ ਡਿਆ ਹੌਲੀ ਹੌਲੀ ਹੌਲੀ। ਉਹ ਇੱਥੇ ਤੱਕ ਤਾਂ ਪਹੁੰਚਿਆ ਹੀ ਨਹੀਂ, ਉਹ ਉੱਥੇ ਪਿੱਛੇ ਰਹਿ ਗਿਆ। ਆਪਣੀ ਟ੍ਰੇਨ ਆ, ਦੇਖੋ ਸਾਰੀ ਸਾਰੀ ਇੱਥੇ ਖਾਲੀ ਹੋ ਗਈ ਆ, ਇੱਧਰੋਂ ਅੰਦਰੋਂ ਜੁੜੇ ਹੋਣੇ ਆ, ਅੰਦਰੋਂ ਸਾਰੇ ਜੁੜੇ ਹੀ ਪਏ ਆ, ਖਾਲੀ ਹੋ ਗਈ ਸਾਰੀ ਸਾਰੀ ਇੱਥੋਂ। ਇੱਥੇ ਚਾਰਜਿੰਗ ਪੁਆਇੰਟ ਵੀ ਹੁੰਦਾ ਆ? ਚਾਰਜਿੰਗ ਨਹੀਂ ਹੈਗਾ, ਇੱਕ ਮਿੰਟ ਅੱਗੇ ਦੇਖ ਕੇ ਆਉਣਾ ਮੈਂ। ਆ ਇੱਥੇ ਦੇਖੋ ਕੈਬਨ ਖੜ੍ਹੇ ਹੋਣ ਵਾਸਤੇ ਇੱਥੇ ਬਣੇ, ਇੱਦਾਂ ਹੈਗੀ ਲੋਕਲ ਟ੍ਰੇਨ ਆ, ਅਤੇ ਅੰਦਰੋਂ ਉੱਧਰ ਡੱਬੇ ਦਾ ਸਾਰੇ ਜੁੜੇ ਪਏ ਆ।
वो पिछे उधर लास्ट आ तो खाली हुई, इधर तो कोई चढ़िया ही नहीं, एक भी बंदा नहीं चढ़िया, एक ही बंदा बैठा बस इतने। मैं तो इधर मैं चार्जिंग सॉकेट कितने कितने लगी होगी, चल है नहीं, सिर्फ प्लग ही लगे आ, इतों बंद हो जाता वा। अगे डब्बे तो अगे भी है गया। पर जुड़िया नहीं है अंदरों, इतों बंद आ, चार्जिंग नहीं है कितने भी। उन्होंने ही बैठ जाने रोंग साइड तो चढ़न डे, उल्टी साइड तो चढ़ के फिडे नीम उतो चढ़े, बड़ा खतरनाक काम आ। इधरों की आसानी ने चढ़ सकते ही, जबकि मिल गया भाई देखते अपना चैनल देखते दे नैट बैक है चंगा 1.5 GB वाला ज़्यादातर अभी पाते लोग 1.5 GB वाला ही, फिर तो 3 GB हो गया था। आराम ना बैठ के देखो ना है कि कितना तुझे था ऐसे ये अपने गुरु साहब है। अच्छा चल फाजिल के ताड़ी उत्थे बोली कड़ी है, बोली है पंजाबी है, पंजाबी। अच्छा ठीक है, बागड़ी ज्यादा है, है? बागड़ी भी उधर ज्यादा, बागड़ी बागड़ी को वो कड़ी अपा जो कभी देखे में वो मैनू पता है वो कहते हैं मैनू ठाए। अच्छा मैनू ठाए, मैनू पता है आपा कही देना अपन पता है, हां वो कहते हैं मैनू ठाए। अच्छा जी ठीक है, थोड़ी अलग है भाषा, ठीक है, जिदा जिदा इलाके बदल जाते बोली भी बदल जाती है ना। हाँ बाकी पंजाबी तो इदा ही बोलते हैं। अच्छा अच्छा ज़्यादातर पंजाबी बोलते हैं। हाँ अपने पंजाबी भी बागड़ी जरा के बागड़ी बोलने लग गए। अच्छा उधरली भाषा है बागड़ी है। इतने मैं क्या कोई चार्जिंग होगा पॉइंट तो इतने है ही नहीं कोई चार्जिंग पॉइंट, तारा कट के बुला लेने डायरेक्ट कट लेने पक्के दी कट लेने। दूसरी ट्रेन चलती है जी स्लीपर वगैरह आती है वो लो जी, लगता ट्रेन तुरन लगी है उधरों की, हॉर्न तो वज गया, यदा हॉर्न वजूगा फिर तो बहुत उच्ची वजना हॉर्न, वो भाई साहब बाहर आए इन्होंने चलानी है उन्हें आते बहर आते भी आजता हॉर्न तुरता पी है स्लोली स्लोली है ना, बिल्कुल लास्ट तक चढ़ गए तुरदी है ट्रेन से फिर हो गई अगे की स्पीड ब्रेकर आ गया कि उपर देखो आ पुल बनया दमोरिया पुल वाला फ्लाईओवर आ, ये अपना दमोरिया पुल जिन्हें कह देंगे वो आ मीह च पूरा भर जाता है इस करके उपरों की फ्लाईओवर बनया तो उपरों की लंघ दे सारे जने। किहड़ा स्टेशन आया, किहड़ा स्टेशन आ गया भाई जी, कॉलेज है डीएवी कॉलेज, डीएवी उतरन लगे एक झटका मार के खड़ी होती गड्डी। काफ़ी लोग चढ़ते इतने का खोजे वाला पहुँच गया अपनी ट्रेन, जलंधर सिटी तो ही खोजे वाला पहुँच गया, इतने तक जाना सुल्तानपुर लोधी स्टेशन अगे आ। वैसे ही स्लो होंगी रही हर जगह है, अच्छा मोड़ तो कोई आना जाए मर बस वाला हिसाब आ। स्टेशन अगे आ, मैं तो क्या स्टेशन आ गया, खरे स्टेशन तो है नहीं कोई भी इतने भी पैसे ही स्लो ही हर जगह ही स्लो हो जाती है थोड़ी थोड़ी देर बाद भाई कहते हीट हो जाती स्लो कर दे गल सही है, गर्म हो जाती थोड़ी थोड़ी देर बाद ब्रेक लानी पैंती है ठंडी करनी पैंती है। बंदे की बोनी हो गई है
ਕਿੰਨੇ ਵਜੇ ਤੇ ਸਵੇਰ ਦੇ 10 ਰੁਪਏ ਦਾ ਦੱਸ ਰਿਹਾ ਕਿੰਨੇ ਵਜੇ ਤੇ ਸਵੇਰ ਦੇ ਹੈ ਕਿੰਨੇ ਵਜੇ ਤੇ ਯੇ ਹਾਂ ਅਭੀ ਤੱਕ ਅੱਛਾ जलंधर तो सुल्तानपुर की आपां सफर कर रहे हैं। रात में आ गया कपूरथला, देखते हैं वापस बंदे उत्थे आपां जिथे पहला बैठे सीगे। ਬੰਦੇ ਉੱਤਰ ਗਏ ਬੈਠੇ ਗਏ ਉੱਥੇ, ਦੇਖਦੇ ਹਾਂ ਅੱਗੇ ਕੋਈ ਆ ਕੇ ਬੈਠ ਗਿਆ ਸੀ ਨਾ ਉੱਥੇ ਉੱਤਰ ਕੇ ਲਵੇ ਉਹ ਬੰਦੇ ਸੱਟ ਲੱਗੀ ਦੀ ਆ। ਤੁਸੀਂ ਤਾਂ ਖੁੱਲ੍ਹੇ ਹੋ ਕੇ ਬਹਿ ਗਏ ਆਰਾਮ ਨਾਲ, ਮੈਂ ਤੁਸੀਂ ਤਾਂ ਖੁੱਲ੍ਹੇ ਹੋ ਕੇ ਬਹਿ ਗਏ ਆਰਾਮ ਨਾਲ। ਇੱਥੇ ਬੈਠਾ ਹੋਇਆ ਕੋਈ ਬਹਿ ਜਾਵਾ, ਕਿੱਦਾਂ ਭਾਜੀ ਠੀਕ ਹੋ? ਕਿੱਧਰ ਜਾ ਰਹੇ? ਕਿੱਧਰ ਜਾ ਰਹੇ ਭਾਈ? ਫਿਰੋਜ਼ਪੁਰ ਜਾ ਰਹੇ ਹਾਂ। ਫਿਰੋਜ਼ਪੁਰ ਕੈਂਟ ਸ਼ਹਿਰ ਹੀ ਹੈ। ਠੀਕ ਹੈ, ਇਹ ਆ ਗਿਆ ਜੀ RCF ਰੇਲ ਕੁਝ ਫੈਕਟਰੀ। ਇੱਥੇ ਟ੍ਰੇਨ ਦੇ ਡੱਬੇ ਇੱਥੇ ਬਣਦੇ, ਸਾਰੇ ਜਿੰਨੇ ਵੀ ਟ੍ਰੇਨ ਦੇ ਡੱਬੇ ਇੱਥੇ ਬਣਦੇ ਆ ਰੇਲ ਕੋਚ ਫੈਕਟਰੀ ਦੇ ਵਿੱਚ। ਜਿੰਨੀਆਂ ਟ੍ਰੇਨਾਂ ਇੱਥੇ ਉੱਤਰ ਰੇਲਵੇ ਦੀਆਂ ਸਾਰੀਆਂ ਟ੍ਰੇਨ ਦੇ ਡੱਬੇ ਇੱਥੇ ਬਣਦੇ ਆ। ਧਿਆਨ ਨਾਲ ਆਈਏ ਜੀ, ਧਿਆਨ ਨਾਲ ਹੈਗਾ ਤਾਂ ਪਲੇਟਫਾਰਮ ਹੀ ਆ ਪਰ ਨੀਵਾਂ, ਟ੍ਰੇਨ ਕਾਫੀ ਉੱਚੀ ਆ ਪਲੇਟਫਾਰਮ ਤੋਂ। बच्चे बाय बाय करते हुए वापस आ गया है इस डब्बे जी, तो दूजा नहीं काम। खेलना पा लेना, लेन चेंज होगी ट्रेन की। ਕਾਫੀ ਦਿਨਾਂ ਬਾਅਦ ਟ੍ਰੇਨ ਦਾ ਸਫ਼ਰ ਕਰ ਰਹੇ ਹਾਂ। ਚਲੋ ਟ੍ਰੇਨ ਦਾ ਸਫ਼ਰ ਕੀ ਐਡਵੈਂਚਰ ਟ੍ਰਿਪ ਹੀ ਹੋਈ ਆ, ਬਾਹਰ ਜੇ ਨਿਕਲ ਕੇ ਦੇਖਿਆ ਉਹ ਬਹੁਤ ਲੋਕ ਬਾਹਰ ਇੱਥੇ ਬੈਠੇ ਹੋਏ ਇੱਦਾਂ। ਆ ਗਿਆ ਸੁਲਤਾਨਪੁਰ ਦੀ, ਠੀਕ ਆ ਚੰਗਾ ਭਾਜੀ, ਓਕੇ ਮਿਲਦੇ ਆ। ਠੀਕ ਆ ਭਾਜੀ, ਚੰਗਾ ਜੀ, ਉਹ ਭਾਜੀ ਤਾਂ ਸੌ ਗਿਆ। ਠੀਕ ਆ ਭਾਜੀ, ਆ ਗਿਆ ਭਾਜੀ ਸੁਲਤਾਨਪੁਰ ਲੋਧੀ ਸਟੇਸ਼ਨ ਆ ਗਿਆ। ਉੱਤਰੀ ਆ ਚਲੋ ਜੀ। ਓ ਭਾਈ ਕਿੱਧਰੋਂ ਦੀ ਐਗਜ਼ਿਟ ਆ, ਸੁਲਤਾਨਪੁਰ ਲੋਧੀ ਸਟੇਸ਼ਨ ਆ ਗਿਆ ਆ। ਚਲੋ ਸੁਲਤਾਨਪੁਰ ਲੋਧੀ ਪਹੁੰਚ ਗਏ ਆ, ਆਪਣੀ ਟ੍ਰੇਨ ਪਹੁੰਚ ਗਈ ਆ ਟਾਈਮ ਨਾਲ, ਬਿਲਕੁਲ 10 ਵਜੇ ਆ ਐਗਜ਼ਿਟ। ਆ ਇੱਧਰੋਂ ਦੀ ਐਗਜ਼ਿਟ ਆ ਸੁਲਤਾਨਪੁਰ ਲੋਧੀ ਦੀ, ਬਿਲਕੁਲ ਟਾਈਮ ਟੂ ਟਾਈਮ ਪਹੁੰਚ ਗਏ ਆ ਗੁਰਦੁਆਰਾ ਸਾਹਿਬ। ਇੱਥੋਂ ਦੀ ਤੁਰ ਕੇ ਜਾਵਾਂਗੇ ਆਪਾਂ। ਆ ਸਟੇਸ਼ਨ ਦੇਖੋ ਸੁਲਤਾਨਪੁਰ ਲੋਧੀ ਦਾ, ਆ ਟਿਕਟ ਖਿੜਕੀ ਆ, ਜਾਂਦੇ ਇੱਥੋਂ ਦੀ ਟਿਕਟ ਲਵਾਂਗੇ ਆਪਾਂ। ਔਰਤਾਂ ਵੀ ਜਾਂਦੇ ਆ, ਰਾਹ ਆਪਾਂ ਨੂੰ ਪਤਾ ਨਹੀਂ ਕਿੱਧਰਾਂ ਦੀ ਆ, ਦੇਖਣਾ ਪੈਣਾ ਰਾਹ ਕਿੱਥੋਂ ਦੀ ਆ। ਗੁਰਦੁਆਰੇ ਗੁਰਦੁਆਰਾ ਸਾਹਿਬ ਚੱਲਦੇ ਆ। ਕਿੰਨੇ ਪੈਸੇ ਭਾਅ ਜੀ? 20 ਰੁਪਏ ਸਵਾਰੀ। ਚਲੋ ਚਲੋ ਜੀ, 20 ਰੁਪਏ ਗੁਰਦੁਆਰਾ ਸਾਹਿਬ। ਲਓ ਜੀ ਆਓ ਜੀ ਆਓ ਜੀ, 15 ਰੁਪਏ 'ਚ ਆਪਾਂ ਜਲੰਧਰ ਤੋਂ ਇੱਥੇ ਆ ਗਏ, ਤਾਂ ਇੱਥੋਂ 20 ਰੁਪਏ ਮੇਰ ਸਾਹਿਬ ਗੁਰਦੁਆਰੇ। ਆਟੋ ਭਰੂਗਾ ਫਿਰ ਚੱਲੂਗਾ।
डाउन। किन्ने बंदे बिठाने चे चैनल का जी वीर स्टार है, वीर स्टार वी आई आर वो चलो इधर ठीक है थोड़ा जहाँ गुरुद्वारे चलो अच्छा अच्छा गुरुद्वारा साहब है इतना लागे ही है मैं लगा अगे ही आए क्या तुर के चले गए तुम किधरों आए जलंधर तो मैं भी जलंधर से आया है जलंधर लम्बा पेंट चाहे लागे हाँ जी भगत सिंह कलोनी वो किधर पी बाईपास ठीक है ठीक ठीक गुरुद्वारे जाने वास्ते स्पेशल है ना जलंधर तो इतने 15 रुपए लगे इतों की गुरुद्वारा 20 रुपए जलंधर तो मैं गर्मी है कथे जा होना हाँ जी हाँ जी पता की चक्कर ब्लॉग वैसे तो मैं वीरवार को पाना हूं 4:13 हूँ देखते हौली हौली पहला मैं ब्लॉग बना तो बहुत ज्यादा व्डे व्डे होते सारे कहते थोड़े छोटे पाया करो हूँ तो कट हाँ मेरे जिदा 35 मिनट 40 मिनट तो उपर आए गए हाँ लंबी आ अच्छा अच्छा सही है वधिया वधिया ठीक है जी सही है पढ़ते हैं काम करते हैं पढ़ता अच्छा 15 साल का दाढ़ी आ गई ना जल्दी डाल दी अच्छा अजकल देखते भी सारे ब्लॉग ब्लूग भी देखते ना सारे सारे आप यूट्यूब अच्छा तुम भी देखते हैं चलो वधिया सही है हाँ जी हाँ जी हाँ जी टीवी घट गया हूं ऐड भी बहुत आती है चैलेंज जिहड़े करते हैं फूड चैनल चैलेंज हो गया कोई भी लिविंग ऑन 24 हाउस चैलेंज पूरे 24 घंटे चैनल जिंदे हैं और जिहड़े 24 घंटे पूरी रात जागना पैंदा अपने घर से एक जगह से बना कोई चीज का चैलेंज गोल गप्पे का चैलेंज हो गया कि उन्हें कितने हाथ उठी जिंदे खाते हां जी हां जी आ गया मेरे साहब आ गया कुदर चलो जी गुरुद्वारा साहब तो आ गए पैसे देिए भाई साहब 20 रुपये लगे हेलो भाजी एक सवारी हाँ 20 रुपये गुरुद्वारा साहब आ गया इधर गुरुद्वारा साहब की एंट्री है ध्यान ध्यान होया नहीं हिसाब किताब